ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੁੜਦੋ ਜੀ, ਮੈਨੂੰ ਪਿਆਰ ਕਰਨ ਵਾਲੇ ਵੀਰ, ਭੈਣ ਭਰਾ ਅਤੇ ਰਾਜਵੀਰ ਢਿੱਲੋਂ, ਵੀਰਵਰ ਸਿੰਘ, ਸਵਰਨ ਧਾਲੀਵਾਲ, ਯੋਰਾਵਰ ਸਿੰਘ, ਰਾਜਦੀਪ ਗਿੱਲ, ਐਕਸ ਸਰਵਿਸਮੈਨ ਦਾ ਪਹਿਲਾਂ ਕੋਈ ਪੇਪਰ ਨਹੀਂ ਹੁੰਦਾ ਸੀ। ਸਤਿ ਸ਼੍ਰੀ ਅਕਾਲ ਜੀ ਨਾਰ ਚਰਨਜੀਤ ਸਿੰਘ, ਕੀ ਹਾਲ ਹੈ ਵੀਰ ਜੀ? ਵਧੀਆ ਬਾਈ ਜੀ, ਵਧੀਆ, ਐਂ ਚੜ੍ਹਦੀ ਕਲਾ 'ਚ ਹੈ। ਅੱਜ ਆਪਾਂ ਗੱਲ ਕਰਾਂਗੇ ਫਿਰ, ਹੈ ਨਾ, ਜਿਹੜਾ ਕੱਲ੍ਹ ਪੰਜਾਬ ਪੁਲਿਸ ਦਾ ਰਿਜ਼ਲਟ ਹੈ ਜਿਹਦੇ ਵਿੱਚ ਸਿਲੈਕਸ਼ਨ ਹੋਈ ਹੈ, ਉਹਨਾਂ ਸਾਰੇ ਭੈਣ ਭਰਾਵਾਂ ਨੂੰ ਮੁਬਾਰਕਾਂ ਬਹੁਤ ਬਹੁਤ। ਅਤੇ ਮੈਨੂੰ ਬੜੇ ਫੋਨ 'ਤੇ ਬੜੇ ਮੈਸੇਜ ਆਏ ਨੇ, ਹੁਣ ਵੀ ਚੱਲ ਰਹੇ ਨੇ ਕਿ ਸਰ ਤੁਹਾਡੀਆਂ ਵੀਡੀਓ ਦੇਖਦੇ ਰਹੇ, ਮੋਟੀਵੇਸ਼ਨ ਹੁੰਦੇ ਰਹੇ ਕਿ ਅਸੀਂ ਜਿਹੜੇ ਸਿਲੈਕਟ ਹੋ ਗਏ ਹਾਂ। ਅਤੇ ਗੱਲ ਕਰਾਂਗੇ ਇਹਦੇ ਵਿੱਚ ਅੱਜ ਫਿਰ ਪੈਸੇ ਦੀ, ਕਿੱਥੇ ਚੱਲਿਆ ਪੈਸਾ? ਜਿਹੜੇ ਸਟੂਡੈਂਟ ਮੇਰੇ ਕੋਲੋਂ ਸਿਲੈਕਟ ਹੋਏ ਨੇ ਨਾ, ਉਹਨਾਂ ਦੇ ਹਾਲਾਤ ਇੰਨੇ ਕੁ ਘਰੋਂ ਉਹ ਨੇ ਕਿ ਉਹ ਕਈ ਵਾਰ ਉਹਨਾਂ ਕੋਲ ਇੱਕ ਪੈਸਾ ਨਹੀਂ ਹੁੰਦਾ, ਹੈ ਨਾ। ਜੇ ਹੱਥ ਨਾ ਪਹੁੰਚੇ ਥੂ ਕੌੜੀ ਨਹੀਂ ਕਹੀ ਦੀ ਹੁੰਦੀ, ਠੀਕ ਹੈ। ਉਹਨਾਂ ਨੇ ਮਿਹਨਤ ਕੀਤੀ, ਪੇਪਰ ਉਹਨਾਂ ਦੇ ਵਧੀਆ ਹੋਏ, ਉਹਨਾਂ ਦੇ ਵਧੀਆ ਨੰਬਰ ਆਏ, ਅੱਗੇ ਉਹਨਾਂ ਨੇ ਫਿਜੀਕਲ ਵਧੀਆ ਪੂਰੇ ਟੋਪ 'ਤੇ ਕੱਢਿਆ, ਪਹਿਲੇ ਬੰਦਿਆਂ 'ਚ ਕੱਢਿਆ, ਇਹ ਨਾ ਕਿਹਾ ਕਰੋ ਬਾਈ ਜੀ ਫਿਰ ਪੈਸਾ ਚੱਲ ਗਿਆ। ਦੱਸੋ ਕਿੱਥੇ ਚੱਲਿਆ ਪੈਸਾ? ਤੁਹਾਡੀ ਐਡੀ ਨੈਗੇਟਿਵਿਟੀ ਕਿਉਂ ਹੈ? ਪੋਜੀਟਿਵਿਟੀ ਕਿਉਂ ਨਹੀਂ ਸੋਚ? ਹੁਣ ਵੀ ਹੈ ਨਾ ਮੇਰੇ ਕੋਲ ਬਹੁਤ ਫੋਨ ਆਏ ਨੇ, ਕਮੈਂਟ ਕਰੀ ਜਾਂਦੇ, ਕੋਈ ਗੱਲ ਨਹੀਂ ਵੀਰੇ, ਹੈ ਨਾ, ਤੁਹਾਡੇ ਕੋਲ ਅਧਿਕਾਰ ਹੈ, ਕਮੈਂਟ ਕਰੋ, ਕੋਈ ਗੱਲ ਨਹੀਂ, ਜਿੱਦਾਂ ਮਰਜ਼ੀ ਵੀਡੀਓ ਸ਼ੇਅਰ ਕਰੋ, ਜੋ ਮਰਜ਼ੀ ਲਿਖੋ ਵੀਰੇ, ਪਰ ਕੋਈ ਵੀ ਪ੍ਰੋਬਲਮ ਨਹੀਂ, ਕੋਈ ਵੀ ਗੁੱਸਾ ਗਿੱਲਾ ਨਹੀਂ, ਹੈ ਨਾ, ਤੁਹਾਡਾ ਅਧਿਕਾਰ ਹੈ, ਕੋਈ ਚੱਕਰ ਨਹੀਂ। ਜੋ ਸੋਸ਼ਲ ਮੀਡੀਆ 'ਤੇ ਕੁਛ ਵੀ ਲਿਖ ਸਕਦੇ ਹੋ, ਅਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਵੀਰੇ, ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਹੈ ਨਾ। ਅਤੇ ਆਪਾਂ ਹੱਥ ਵਾਲੀ ਤੋਰ ਫੜੀ ਹੋਈ ਹੈ ਵੀ ਚੱਲਦੇ ਰਹਾਂਗੇ, ਪਰ ਆਪਾਂ ਆਪਣੇ ਵਰਦੀ ਦੇ ਖਿਲਾਫ ਅਤੇ ਆਪਣੀ ਸ਼ਾਨ ਦੇ ਖਿਲਾਫ ਕੁਛ ਨਹੀਂ ਚੱਲ ਸਕਦੇ। ਵੈਸੇ ਸੋਸ਼ਲ ਮੀਡੀਆ 'ਤੇ ਇੱਥੇ ਦੁਨੀਆ ਲਿਖਦੀ ਹੈ, ਤੁਸੀਂ ਲਿਖੀ ਜਾਓ, ਕੋਈ ਚੱਕਰ ਨਹੀਂ, ਪਰ ਮੈਂ ਕਹਿਣਾ ਚਾਹੁੰਦਾ ਵੀ ਪੈਸਾ ਚੱਲਿਆ ਕਿੱਥੇ ਆ? ਪੈਸਾ ਚੱਲਿਆ ਕਿੱਥੇ ਆ? ਜੇ ਪੈਸਾ ਚੱਲਦਾ ਹੋਵੇ ਫਿਰ ਜਿਹੜਾ ਇੱਕ ਬੰਦਾ ਮਿਹਨਤ ਕਰਦਾ ਉਹ ਤਾਂ ਭਰਤੀ ਹੋ ਹੀ ਨਹੀਂ ਸਕਦਾ। ਉਹੀ ਗੱਲਾਂ ਬਾਰੇ ਪੈਸੇ ਰੱਖ ਲਏ, ਸਿਪਾਠਾ ਚੱਕਰੇ, ਫਲਾਣਾ ਹੋ ਗਿਆ, ਧਮਕਾ ਹੋ ਗਿਆ। ਜਿਹੜੇ ਮੇਰੇ ਕੋਲ ਬੱਚੇ ਨੇ ਉਹਨਾਂ ਨੂੰ ਇੱਕ ਦਿਨ 'ਚ ਗਰਾਊਂਡ ਬੁਲਾਊਂਗਾ ਅਤੇ ਤੁਹਾਡੇ ਨਾਲ ਫਿਰ ਲਾਈਵ 'ਤੇ ਗੱਲਬਾਤ ਕਰੂੰਗਾ। ਉਹਨਾਂ ਬੱਚਿਆਂ ਤੋਂ ਤੁਹਾਨੂੰ ਪੁਛਾਵਾਂਗੇ ਵੀ ਤੁਸੀਂ ਕਿੰਨੇ ਕਿੰਨੇ ਪੈਸੇ ਦਿੱਤੇ ਨੇ। ਆਪਾਂ ਮਿਹਨਤ ਦਾ ਆਪ ਨਹੀਂ ਕਰਦੇ, ਆਪਾਂ ਮਿਹਨਤ ਦਾ ਆਪ ਨਹੀਂ ਕਰਦੇ, ਠੀਕ ਹੈ ਨਾ। ਮਿਹਨਤ ਤਾਂ ਕਰਨੀ ਚਾਹੀਦੀ ਹੈ ਸਾਨੂੰ, ਕਿਤੇ ਨਾ ਕਿਤੇ ਚਲੋ ਕੋਈ ਪ੍ਰੋਬਲਮ ਰਹਿ ਜਾਂਦੀ ਆ। ਹੁਣ ਦੇਖੋ ਕਿੰਨੇ ਕਿੰਨੇ ਟਾਈਮ ਬਾਅਦ ਰਿਜ਼ਲਟ ਆਇਆ, ਆਪਣੇ ਚੇਅਰਮੈਨ ਬੋਰਡ ਸਾਹਿਬ, ਚੇਅਰਮੈਨ ਜੀ ਨੇ ਜੋ ਅਫਸਰ ਲੱਗੇ ਹੋਏ ਨੇ, ਕਿੱਡੀ ਉਹਨਾਂ ਨੇ ਉਹਦੇ ਨਾਲ ਲਿਸਟ ਬਣਾਈ ਹੈ, ਸਾਰਾ ਕੁਛ ਸਹੀ ਤਾਂ ਹੋਇਆ, ਧੱਕਾ ਕਿੱਥੇ ਹੋਇਆ? ਕਿੱਥੇ ਪੈਸਾ ਚੱਲ ਗਿਆ? ਜੇ ਪੈਸਿਆਂ ਨਾਲ ਨੌਕਰੀਆਂ ਮਿਲਦੇ ਹੁਣ, ਮਾੜੇ ਬੰਦੇ ਤਾਂ ਨੌਕਰੀਆਂ ਨਾ ਮਿਲੇ, ਫਿਰ ਸਾਰੇ ਤਕੜੇ ਘਰਾਂ ਦੇ ਨੌਕਰੀਆਂ ਲੈ ਜਾਣਾ। ਮੈਂ ਇਸ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਇੰਨੀ ਨੈਗੇਟਿਵਿਟੀ ਨਾ ਸੋਚਿਆ ਕਰੋ, ਚੰਗੀ ਚੀਜ਼ ਸੋਚਿਆ ਕਰੋ। ਮੈਂ ਤਾਂ ਸ਼ੁਰੂ ਹੁਣ ਵੀ ਇਹੀ ਕਹਿਣਾ, ਕੱਲ੍ਹ ਵੀ ਇਹੀ ਕਿਹਾ ਸੀ ਵੀਡੀਓ 'ਚ, ਹਰ ਵਾਰ ਇਹੀ ਕਹਿਣਾ ਵੀ ਤੁਸੀਂ ਮਿਹਨਤ ਕਰਦੇ ਰਹੋ, ਮਿਹਨਤ ਕਰਦੇ ਰਹੋਗੇ ਐਵੇਂ ਨਤੀਜਾ। ਜੋ ਤੁਸੀਂ ਇਸ ਵਾਰ ਹੁਣ ਤੀ ਪੜ੍ਹਨਾ ਸਟਾਰਟ ਕਰ ਦਿਓ ਵੀ ਜਿਹੜੀ ਅੱਗੇ ਭਰਤੀ ਹੋਣੀ ਆ, ਸਾਲ ਨੂੰ ਆਵੇ, 2 ਸਾਲ ਨੂੰ ਆਵੇ, 3 ਸਾਲ ਨੂੰ ਆਵੇ, ਵੀ ਤੁਹਾਡੇ ਰਿਟਨ ਦੇ ਵਿੱਚ ਹੀ ਪੂਰੇ ਟੋਪ ਨੰਬਰ ਆਉਣ, ਫਿਜੀਕਲ ਨਾਲ ਤੁਸੀਂ ਜੁੜੇ ਰਹੋ। ਪੜ੍ਹਨਾ ਤਾਂ ਹੈ ਨੀਗਾ, ਠੀਕ ਹੈ, 15-15-20 ਦਿਨ ਕਲਾਸਾਂ ਲੈ ਕੇ ਕਹਿੰਦੇ ਅਸੀਂ ਸਟਾਰ ਬਣ ਜਾਈਏ, ਅਸੀਂ ਉਹ ਕਰ ਲਈਏ। ਹੁਣ ਜਿਹੜੇ ਬੰਦੇ ਕੋਈ ਵੱਡੀਆਂ ਵੱਡੀਆਂ ਨੌਕਰੀ ਮਾਰ, ਕੋਈ IAS ਬਣਦਾ, ਕੋਈ IPS ਬਣਦਾ, ਕੋਈ PCS ਬਣਦਾ, ਕੋਈ PPS ਬਣਦਾ, ਉਹ ਖਬਰਾਂ ਕਿੰਨਾ ਕਿੰਨਾ ਟਾਈਮ ਪੜ੍ਹਦੇ ਨੇ, 18-18, 19-19 ਘੰਟੇ ਪੜ੍ਹਦੇ ਨੇ ਉਹ। ਆਪਾਂ 1-1.5 ਮਹੀਨੇ 'ਚ ਕਹਿ ਦਿੰਦੇ ਹਾਂ ਵੀ ਹਾਂ ਯਾਰ ਮੇਰਾ ਤਾਂ ਨੰਬਰ ਨਹੀਂ ਆਇਆ, ਬੱਚੇ ਵਿੱਚ ਰੋਈ ਜਾਂਦੇ ਨੇ, ਪਿੱਟੀ ਜਾਂਦੇ ਨੇ, ਠੀਕ ਹੈ। ਚਲੋ ਆਪਾਂ ਮੰਨਦੇ ਹਾਂ, ਗੱਲ ਦੁੱਖ ਹੁੰਦਾ, ਮੇਰੀਆਂ ਵੀ 3-4 ਕੁੜੀਆਂ ਅੱਧੇ ਦੇ ਨੰਬਰ 'ਤੇ ਰਹੀਆਂ ਨੇ, ਉਹ ਵੀ ਬਹੁਤ ਅਫਸੋਸ ਕੀਤਾ ਉਹਨਾਂ ਨੇ ਵੀ ਸਾਰੇ ਦੂਜੇ ਕਹਿੰਦੇ ਕਹਿੰਦੇ ਪਹਿਲੀ ਫੇਰ ਹੋ ਜਾਵੇ। ਪਰ ਨਹੀਂ, ਜੇ ਆਪਾਂ ਹੁਣ ਹੀ ਹਾਰ ਮੰਨ ਗਏ, ਪੂਰੀ ਜ਼ਿੰਦਗੀ ਕਿਵੇਂ ਲੰਘੂਗੀ? ਪੂਰੀ ਜ਼ਿੰਦਗੀ ਦੱਸੋ ਸਹੀ ਕਿਵੇਂ ਲੰਘੂਗੀ? ਇਸ ਕਰਕੇ ਪੈਸੇ ਵਾਲੇ ਪਾਸੇ ਨਾ ਜਾਇਆ ਕਰੋ, ਇਹ ਨਾ ਸੋਚਿਆ ਕਰੋ ਵੀ ਪੈਸਾ ਚੱਲ ਗਿਆ। ਮੈਂ ਤੁਹਾਨੂੰ ਉਹਨਾਂ ਬੱਚਿਆਂ ਨਾਲ ਜਲਦੀ ਮਿਲਾਊਂਗਾ, ਉਹਨਾਂ ਪੁੱਛ ਲਿਓ ਵੀ ਕਿੰਨੇ ਪੈਸੇ ਦਿੱਤੇ ਨੇ। ਜੇ ਪੈਸੇ ਚੱਲਣੇ ਹੁੰਦੇ, ਹੁਣ ਮੇਰੇ ਕੋਲ ਇੱਕ ਕੁੜੀ ਸੀ, ਹੈ ਨਾ, ਪਰਮਜੀਤ ਦਾ, ਜਿਹੜਾ ਮੈਂ ਭੈਣ ਬਣਾ ਕੇ ਰੱਖੀ ਹੈ, ਹੈ ਨਾ। ਜੇ ਪੈਸੇ ਚੱਲਦੇ ਹੁੰਦੇ, ਉਹਦਾ ਜੇ ਵਿਚਾਰੀ ਕੋਲ ਇੱਕ ਇਕੱਲਾ ਘਰ ਹੀ ਹੈ, ਉਹ ਘਰ ਵੇਚ ਕੇ ਪੈਸੇ ਲਾ ਦਿੰਦੇ,
ਜਿਹਦੇ ਕੋਲ ਕੋਈ ਜ਼ਮੀਨ ਆ, ਜ਼ਮੀਨ ਵਿੱਚ ਕੀ ਵਾਲਾ ਪੈਸਾ ਲਾਉਂਦਾ, ਕੋਈ ਬਥੇਰਾ ਕਰਿਆ। ਜੇ ਪੈਸੇ ਨਾਲ ਨੌਕਰੀ ਮਿਲਦੀ ਤਾਂ ਬੰਦਾ ਆਪਦਾ ਕਹੂਗਾ ਅਸੀਂ ਟੈਂਟ ਲਾ ਕੇ ਬਹਿ ਜਾਵਾਂਗੇ, ਵੀ ਪੈਸੇ ਵਿੱਚ ਦੇ ਕੇ ਨੌਕਰੀ ਮਿਲਦੀ ਹੈ, ਨੌਕਰੀ ਲੈ ਲਈਏ। ਫਿਰ ਜਿਹੜਾ ਇੱਕ ਬੰਦਾ ਮਿਹਨਤ ਕਰਦਾ, ਰੋਜ਼ ਗਰਾਊਂਡ 'ਚ ਜਾ ਕੇ ਖਪਾ ਖੂਨ ਹੁੰਦਾ, ਆਪਦਾ ਖੂਨ ਪਸੀਨਾ ਇੱਕ ਕਰਦਾ, ਫਿਰ ਉਹਦਾ ਤਾਂ ਗਰਾਊਂਡ 'ਚ ਜਾਣ ਦਾ ਫਾਇਦਾ ਕੀ ਨਹੀਂ? ਉਹਦਾ ਫਾਇਦਾ ਕੋਈ ਨਹੀਂ, ਉਹ ਤਾਂ ਕਹੂਗਾ ਵੀ ਘਰੇ ਬੈਠੋ ਆਪਣੇ ਵਾਲਾ ਨੌਕਰੀ ਮਿਲਣੀ ਹੈ, ਨੌਕਰੀ ਤਾਂ ਪੈਸੇ ਦੇ ਕੇ ਮਿਲੂਗੀ, ਇਹਦਾ ਪੈਸੇ ਭਰਤੀ ਹੋ ਗਿਆ ਹੋ ਗਿਆ। ਕੋਈ ਗੱਲ ਨਹੀਂ ਵੀਰੇ, ਤੁਸੀਂ ਕਹੀ ਜਾਓ ਜੋ ਮਰਜ਼ੀ, ਮੈਨੂੰ ਜੋ ਚੰਗਾ ਲੱਗਦਾ ਨਾ ਤੁਹਾਡੇ ਨਾਲ ਅਪਡੇਟ ਹੁੰਦਾ ਰਹੂੰਗਾ। ਅਤੇ ਇੱਕ ਵਾਰੀ ਫਿਰ ਹਰਵਿੰਦਰ ਸਿੰਘ ਸੈਨੀ ਪੁੱਛ ਰਹੇ, ਕਹਿੰਦੇ ਜਿਹੜਾ ਸਾਨੂੰ ਸਵੈਟਰ ਲੈਣ ਦਾ ਕਿਟ ਦਾ ਪੇਪਰ ਨੈੱਟ ਮਾਰਿਆ ਸੈਟ ਕੋਸਟ ਦਾ, ਕੋਈ ਨਹੀਂ ਸਰ ਜੀ, ਦੇਖੋ ਹੁਣ ਤਾਂ ਹੈ ਨਾ ਕੋਡ ਆਫ ਕੰਡਕਟ ਲੱਗ ਗਿਆ, ਅਤੇ ਹੁਣ ਇਹਦੇ ਬਾਰੇ ਤਾਂ ਕੁਛ ਕਹਿ ਨਹੀਂ ਸਕਦੇ ਵੀ ਕੀ ਗੱਲਬਾਤ ਹੈ। ਅਤੇ ਜੇ ਕੋਈ ਅਪਡੇਟ ਆਉਂਦੀ ਹੈ ਤਾਂ ਜ਼ਰੂਰ ਤੁਹਾਨੂੰ ਦੱਸਿਆ ਜਾਊਗਾ। ਅਤੇ ਜਿੰਨਾ ਕੁ ਮੈਨੂੰ ਪਤਾ ਲੱਗਦਾ ਵੀਰੇ, ਮੈਂ ਹਰ ਵਕਤ ਤੁਹਾਡੇ ਨਾਲ ਜੁੜਿਆ ਰਹਿੰਦਾ ਹੈ ਨਾ, ਅਤੇ ਤੁਸੀਂ ਮੈਨੂੰ ਬੜਾ ਪਿਆਰ ਦਿੱਤਾ, ਅਤੇ ਆਪਾਂ ਵੀ ਤੁਹਾਨੂੰ ਵੀਰੇ ਓਨਾ ਹੀ ਪਿਆਰ ਕਰਦੇ ਹਾਂ ਅਤੇ ਓਨਾ ਹੀ ਕਰਦੇ ਰਹਾਂਗੇ। ਅਤੇ ਇੱਕ ਵਾਰੀ ਉਹਨਾਂ ਸਾਰੇ ਭੈਣ ਭਰਾਵਾਂ ਨੂੰ, ਕੈਂਡੀਡੇਟਾਂ ਨੂੰ ਬਹੁਤ ਬਹੁਤ ਵਧਾਈਆਂ ਜਿਹੜੇ ਦੀ ਪੰਜਾਬ ਪੁਲਿਸ ਵਿੱਚ ਸਿਲੈਕਸ਼ਨ ਹੋਈ ਹੈ, ਕਿਉਂਕਿ ਮੈਨੂੰ ਬਹੁਤ ਫੋਨ 'ਤੇ ਮੈਸੇਜ ਦੱਸ ਰਹੇ ਨੇ ਕਿ ਸਰ ਤੁਹਾਡੀਆਂ ਵੀਡੀਓ ਅਸੀਂ ਦੇਖਦੇ ਰਹੇ ਹਾਂ, ਲਗਭਗ 1000 ਤੋਂ 1200 ਬੱਚਾ ਉੱਪਰ ਟੱਪ ਰਿਹਾ, ਮੇਰਾ ਕੋਈ ਪਰਸਨਲ ਮੈਸੇਜ ਕਰ ਰਿਹਾ, ਕੋਈ ਫੋਨ ਕਰ ਰਿਹਾ। ਅਤੇ ਮੈਂ ਫਿਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ 9974 42 324 ਮੇਰਾ ਮੋਬਾਈਲ ਨੰਬਰ ਹੈ ਬਿਸ਼ੂ ਸਾਹਿਬ। ਅਤੇ ਜਦੋਂ ਵੀਰੇ ਆਸ਼ੂ ਆਸ਼ੂ, ਕੋਈ ਗੱਲ ਨਹੀਂ ਵੀਰੇ, ਮੈਨੂੰ ਜਦੋਂ ਤੁਸੀਂ ਮਰਜ਼ੀ ਕਾਲ ਕਰਿਆ ਕਰੋ, ਕੋਈ ਦਿੱਕਤ ਨਹੀਂ ਗੀ, ਹੈ ਨਾ, ਪਰ ਨੈਗੇਟਿਵਿਟੀ ਨਾ ਦਿਆ ਕਰੋ ਕਿਸੇ ਨੂੰ ਵੀ, ਪੋਜ਼ਿਟਿਵ ਰੱਖਿਆ ਕਰੋ ਹਮੇਸ਼ਾ। ਮੇਰਾ 9974 42 324 ਮੋਬਾਈਲ ਨੰਬਰ ਹੈ, ਅਤੇ ਪੰਜਾਬ ਪੁਲਿਸ ਸੋਸ਼ਲ ਵਰਕਿੰਗ ਯੂਟਿਊਬ ਚੈਨਲ ਜਗਵਿੰਦਰ ਸਿੰਘ, ਅਤੇ ਜਗਵਿੰਦਰ ਸਿੰਘ ਪੰਜਾਬ ਪੁਲਿਸ ਮੇਰਾ ਫੇਸਬੁੱਕ ਪੇਜ ਲਾਈਵ ਹੈ, ਫੇਸਬੁੱਕ ਪੇਜ ਹੈ, ਅਤੇ ਜਗਵਿੰਦਰ ਪੀ ਪੀ ਇੰਸਟਾ 'ਤੇ ਚੈਨਲ ਬਣਿਆ। ਜਦੋਂ ਮਰਜ਼ੀ ਵੀਰੇ ਮੈਨੂੰ ਯਾਦ ਕਰੋ, ਜੋ ਵੀ ਕਿਸੇ ਤਰ੍ਹਾਂ ਦੀ ਮੇਰੇ ਕੋਲ ਜਾਣਕਾਰੀ ਆਉਂਦੀ ਭਰਤੀ ਸੰਬੰਧੀ, ਅੱਗੇ ਜੋ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਹੁਣ ਅੱਗੇ ਤੁਹਾਡਾ ਮੈਡੀਕਲ ਹੋਣਾ, ਅਤੇ ਬਚ ਕੇ ਰਹੋ ਇੱਧਰ ਉੱਧਰੋਂ ਦਾ ਸੱਟ ਪੇਟ ਖਾਣ ਤੋਂ, ਕਿਤੇ ਕੋਈ ਲੱਤ ਬਾਤ ਉੜਾ ਕੇ ਬਹਿ ਜਾਓ। ਠੀਕ ਹੈ, ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਬਲਜੀਤ ਭੁੱਲਰ ਜੀ, ਥੈਂਕ ਯੂ ਸੋ ਵੈਰੀ ਮੱਚ, ਜਿਉਂਦੇ ਵੱਧਦੇ ਰਹੋ, ਰੱਬ ਰੱਖ। ਆਹੋ ਜੀ।